ਫਰੀਦਕੋਟ ਚ ਬਾਦਲਾਂ ਦੇ ਗੜ ਲੰਬੀ ਚ ਕਾਂਗਰਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਕੋਲੋਂ ਇੱਕ ਪੱਤਰਕਾਰ ਨੇ ਪੁੱਛਿਆ ਸੀ ਕਿ ਇਹ ਰੈਲੀ ਕਿਉਂ ਕੀਤੀ ਜਾ ਰਹੀ ਹੈ। ਇਸ ਤੇ ਉਹਨਾਂ ਨੇ ਕਿਹਾ ਕਿ ਹਿੰਦੁਸਤਾਨ ਚ ਲੋਕਾਂ ਦੇ ਨਾਲ ਜੁੜਨ ਲਈ ਰੈਲੀਆਂ ਹੁੰਦੀਆਂ ਹਨ। ਸਾਡੇ ਕੋਲ ਪੈਸਾ ਕੁਛ ਨਹੀਂ ਸੀ, 2,08,000 ਕਰੋੜ ਦਾ ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਸਾਡਾ, ਅੱਜ ਸਾਲ ਤੱਕ ਕੀਤਾ ਸੁਧਾਰ ਲਿਆ ਹੈ। ਅੱਜ ਇੰਡਸਟਰੀ ਸਾਡੇ ਵੱਲ ਝਾਕ ਰਹੀ ਹੈ, ਇੰਡਸਟਰੀ ਲਿਆਉਣੀ ਸਾਡੇ ਵਾਸਤੇ ਬੜੀ ਜ਼ਰੂਰੀ ਇਸ ਲਈ ਹੈ ਕਿ ਇੱਕ ਤਾਂ ਟੈਕਸ ਲੱਗਣਗੇ, ਉਹ ਟੈਕਸ ਆ ਉਹ ਸਾਡੇ ਖਜ਼ਾਨੇ ਤੋਂ, ਖਜ਼ਾਨੇ ਦਾ ਟੈਕਸ ਫਿਰ ਅਸੀਂ ਤੁਹਾਡੇ 'ਤੇ ਲਾ ਸਕਦੇ ਹਾਂ ਇੱਥੇ ਡਿਵੈਲਪਮੈਂਟ ਕਰਨਾ, ਪਿੰਡਾਂ ਦੀ ਡਿਵੈਲਪਮੈਂਟ ਵਾਸਤੇ। ਔਰ ਨਾਲੇ ਉਸ ਇੰਡਸਟਰੀ ਦੇ ਵਿੱਚ ਸਾਡੇ ਬੱਚੇ ਨੌਕਰ ਲਗਾ ਸਕਦੇ ਹਨ। ਔਰ ਤੁਹਾਨੂੰ ਖੁਸ਼ੀ ਹੋਏਗੀ ਇਹ ਸੁਣ ਕੇ ਕਿ ਸਾਡੇ 18 ਮਹੀਨਿਆਂ ਦੇ ਵਿੱਚ 3,60,000 ਨੌਕਰੀਆਂ ਅਸੀਂ ਲਾ ਚੁੱਕੇ ਹਾਂ। ਇੱਕ ਦਿਨ ਚ 800 ਨੌਕਰੀ ਲੱਗ ਰਹੀ ਹੈ ਪੰਜਾਬ ਦੇ ਵਿੱਚ, ਇਸ ਵੇਲੇ 800 ਬੱਚਿਆਂ ਦੀ ਨੌਕਰੀ ਇਹ ਰੋਜ਼ ਲੱਗ ਰਹੀ ਹੈ। ਔਰ ਅੱਜ 3,80,000 ਹੋ ਚੁੱਕੇ, ਜਿੱਥੇ ਤਾਈਂ ਕਰਜ਼ਾ ਮਾਫ਼ੀ ਦੀ ਗੱਲ ਸੀ ਉਹ 10,25,000 ਕਿਸਾਨਾਂ ਨੂੰ ਦੇ ਰਹੀ ਸੀ, ਅੱਜ 3,50,000 ਕਿਸਾਨਾਂ ਨੂੰ ਦੇ ਚੁੱਕੇ ਹਾਂ। ਔਰ ਇਸ ਮਹੀਨੇ ਆ ਗਿਆ, 10ਵਾਂ ਮਹੀਨਾ ਆ ਗਿਆ, ਇਹਦੇ ਵਿੱਚ ਸਾਰਾ ਤਕਰੀਬਨ 1,05,000 ਹੋਰ ਕਿਸਾਨਾਂ ਨੂੰ ਮਿਲੂਗਾ। ਅਸੀਂ ਪੈਸੇ ਦਾ ਪ੍ਰਬੰਧ ਕਰ ਲਿਆ, 4,50,000 ਹੋ ਜਾਣਗੇ। ਔਰ ਮੇਰੀ ਕੋਸ਼ਿਸ਼ ਹੈ ਕਿ 31 ਦਸੰਬਰ ਤੋਂ ਪਹਿਲਾਂ ਮੈਂ 10,25,000 ਪੂਰੇ ਕਰ ਦੇਵਾਂ ਔਰ ਸਾਰਿਆਂ ਨੂੰ ਇਹ ਪੈਸਾ ਮਿਲ ਸਕੇ। ਤੋ ਇਹ ਗੱਲਾਂ ਮੈਂ ਤੁਹਾਨੂੰ ਇਸ ਤੇ ਦੱਸ ਰਿਹਾ ਕਿਉਂਕਿ ਕਈ ਗੱਲਾਂ ਅਕਾਲੀਆਂ ਬਣਾ ਲੈਂਦੇ ਨੇ ਕਹਾਣੀਆਂ, ਕਈ ਕੋਈ ਟੈਲੀਵਿਜ਼ਨ ਕੋਈ ਖੱਬੇ ਤੱਕ ਤੁਰ ਪੈਂਦਾ, ਕੋਈ ਸੱਜੇ ਤੁਰ ਪੈਂਦਾ, ਜੋ ਅਸਲੀਅਤ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤਾਂ ਕਿ ਤੁਹਾਨੂੰ ਪਤਾ ਲੱਗੇ। ਵਾਅਦਾ ਕੀਤਾ ਸੀ ਅਸੀਂ ਕਿ ਗਰੀਬਾਂ ਦਾ ਪ੍ਰਬੰਧ ਕਰਾਂ, ਜੋ ਪੈਨਸ਼ਨ ਦੇਖੋ ਨੋਟ ਮਿਲਦੀ ਹੈ ਬੁਢਾਪਾ ਪੈਨਸ਼ਨ 7,50,000 ਹੈ, ਕਿਸੇ ਨੂੰ ਨਹੀਂ ਮਿਲੀ ਤੁਹਾਨੂੰ ਸਮਝ ਨਹੀਂ, ਹਰ ਮਹੀਨੇ ਪੈਨਸ਼ਨ ਤੁਹਾਡੀ ਮਿਲੂ। ਫਿਰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਅਧੀਨ 9,000 ਪਰਿਵਾਰਾਂ ਨੂੰ, ਜਿਹੜੇ ਗਰੀਬ ਤੋਂ ਗਰੀਬ ਪਰਿਵਾਰ ਨੇ ਸਾਡੇ ਸੂਬੇ 'ਚ, ਉਹਨਾਂ ਨੂੰ ਅਸੀਂ ਜਿਹੜਾ ਕੁਛ ਉਹਨਾਂ ਦੀ ਲੋੜ ਹੈ ਉਹ ਅਸੀਂ ਉਹਨਾਂ ਦਾ ਪ੍ਰਬੰਧ ਕਰਦੇ। ਔਰ ਇੱਕ ਹੋਰ ਤੁਹਾਨੂੰ ਖੁਸ਼ੀ ਹੋਈ ਸੁਣ ਕੇ ਕਿ ਸਾਡੇ ਪੰਜਾਬ ਦੀ ਆਬਾਦੀ 61,00,000 ਹੈ ਔਰ ਸੈਂਟਰ ਦੀ ਸਰਕਾਰ 14,00,000 ਦਾ ਸਿਹਤ ਦਾ ਬੀਮਾ ਕਰਾਉਂਦੀ ਸੀ, ਅਸੀਂ ਇਸ 14,00,000 ਨੂੰ 42,00,000 ਤੇ ਲੈ ਗਏ ਹਾਂ। ਫਿਰ ਸਰਕਾਰੀ ਨੌਕਰਾਂ ਨੂੰ ਸ਼ਾਮਲ ਕਰਕੇ 50,00,000 ਦੇ ਕੀ ਹੋ ਜਾਣਾ, ਸਿਰਫ 10,00,000 ਰਹਿ ਜਾਣਗੇ, ਉਹ ਵੀ ਵੱਡੇ ਪਰਿਵਾਰ ਵੱਡੇ ਘਰਾਂ ਦੇ ਵੱਡੇ ਜਿਹਨਾਂ ਦੀ ਆਪਣੀ ਰੋਟੀ ਪਾਉਣੀ ਚਾਹੀਦੀ ਹੈ। ਸਾਰੇ ਗਰੀਬ ਪੰਜਾਬ ਦੇ ਉਹਨਾਂ ਨੂੰ 5,00,000 ਰੁਪਏ ਦਾ ਬੀਮਾ ਲੱਗੇਗਾ, ਤੁਸੀਂ ਕਿਸੇ ਵੀ ਹਸਪਤਾਲ ਜਾਓ ਆਪਣੀ ਇਲਾਜ ਵਗੈਰਾ ਕਰਵਾਉਣ ਲਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਸੰਸਦੀ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਜੰਮੂ ਕਸ਼ਮੀਰ ਤੋਂ ਬ੍ਰਾਹਮਣ ਆਏ ਸੀਗੇ, ਕਹਿੰਦੇ ਸਾਡੇ ਤੇ ਮੁਗਲਾਂ ਦਾ ਬੜਾ ਅਤਿਆਚਾਰ ਹੈ, ਗੁਰੂ ਸਾਹਿਬ ਨੇ ਉਦੋਂ ਕਿਹਾ ਸੀ ਪਿਤਾ ਜੀ ਤੁਸੀਂ ਤੁਹਾਡੇ ਤੋਂ ਵੱਡੀ ਕੁਰਬਾਨੀ ਕਿਹੜੀ ਹੋ, ਉਹਨਾਂ ਨੇ ਬਖਸ਼ਿਓ ਆਤਾ ਗੁਰੂ ਸਾਹਿਬਾਨ ਨੇ ਤੇ ਸਾਡੇ ਵਾਲੇ ਪੰਜ ਲੀਡਰਾਂ ਨੇ ਆਪਣੇ ਬਖਸ਼ ਦੇ ਉੱਤੇ ਪੰਥ ਮਾਰਤਾ। ਸ਼ਰਮ ਆਣੀ ਚਾਹੀਦੀ ਇਹਨਾਂ ਲੋਕਾਂ ਨੂੰ, ਪੰਥ ਮਾਰ ਕੇ ਆਪਣੇ ਮੁੰਡੇ ਬਚਾਉਣ ਵਾਸਤੇ ਉਹਨਾਂ ਦੇ ਗੋਝੇ
ਕਰਨ ਵਾਸਤੇ ਅੱਜ ਗੱਲ ਕਰਦੇ ਆ ਪੰਜਾਬ ਦੀ, ਪੰਜਾਬ ਦੀ ਅਗਰ ਗੱਲ ਕਰਨੀ ਹੁੰਦੀ ਬਾਦਲ ਸਾਹਿਬ ਉਹ ਮਿੰਟ ਕਾਂਗਰਸ ਸਾਹਿਬ ਨੇੜੇ ਹੋ ਜਾਣੇ ਉਹਨਾਂ ਨੇ ਨਿਬੇੜ ਨਾ ਕਰ ਗੀਤਾ ਤੇ ਲਿਖਿਆ ਯਦਾ ਯਦਾ ਹੀ ਧਰਮਸਿਆ ਗਲਾਨੀ ਦੇ ਭਗਤੀ ਮਾਤਾ ਅਭਿਉਥਾਨੰ ਧਰਮਸਿਆ ਪਦਾਤਮਾ ਨੂੰ ਸੱਜਾ ਮਹਿਮ ਭਗਵਾਨ ਕ੍ਰਿਸ਼ਨ ਕਹਿੰਦੇ ਆ ਜਦੋਂ ਜਦੋਂ ਧਰਮ ਦੇ ਉੱਤੇ ਭੀੜ ਪਊਗੀ ਉਦੋਂ ਮੈਂ ਇਸ ਧਰਤੀ ਦੇ ਉੱਤੇ ਅਵਤਾਰ ਲੈ ਕੇ ਆਊਂਗਾ। ਲੰਬੀ ਤੋਂ ਰਜਿੰਦਰ ਕੁਮਾਰ ਦੇ ਨਾਲ ਗੁਰਨਾਮ ਸਿੰਘ ਸੰਧੂ ਦੀ ਵਿਸ਼ੇਸ਼ ਰਿਪੋਰਟ।